ਦੀਵਾਲੀ ਦਾ ਪਵਿੱਤਰ ਤਿਉਹਾਰ ਜਿਹੜਾ ਜਿਹੜਾ ਸਾਰੇ ਧਰਮਾਂ ਵੱਲੋਂ ਹੀ ਸਾਂਝੇ ਤੌਰ 'ਤੇ ਮਨਾਇਆ ਜਾਂਦਾ ਹੈ। ਸੋ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਦਿੰਦਾ। ਇਹ ਤਿਉਹਾਰ ਜਿਹੜਾ ਹੈ, ਖਾਸ ਕਰਕੇ ਸਾਡਾ ਜਿਹੜਾ ਅੰਮ੍ਰਿਤਸਰ ਦਾ ਪਵਿੱਤਰ ਤਿਉਹਾਰ ਆ, ਤੁਸੀਂ ਵੇਖੋ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ 'ਚ ਜਿੰਨੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਦੀਪਮਾਲਾ ਹੁੰਦੀ ਆ, ਲਾਈਟਾਂ ਲਾਈਆਂ ਜਾਂਦੀਆਂ ਨੇ, ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਆਣ ਕੇ ਦੀਵਾਲੀ ਮਨਾਉਂਦੇ ਨੇ। ਸੋ ਇਹ ਸਾਂਝਾ ਤਿਉਹਾਰ ਹੋਣ ਕਰਕੇ ਸਾਰੇ ਧਰਮਾਂ ਵੱਲੋਂ ਮਨਾਇਆ ਜਾਂਦਾ ਹੈ। ਸੋ ਮੈਂ ਇੱਕ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜਿੱਥੋਂ ਤੱਕ ਪਟਾਕਿਆਂ ਦਾ ਸਵਾਲ ਹੈ, ਉਹ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਪੋਲਿਊਸ਼ਨ ਬਹੁਤ ਵੱਡੀ ਮਾਤਰਾ 'ਤੇ ਜਿਹੜਾ ਪਟਾਕਿਆਂ ਨਾਲ ਬਣਦਾ। ਸੋ ਪਟਾਕਿਆਂ ਤੋਂ ਥੋੜ੍ਹਾ ਜਿਹਾ ਗਰੇਜ਼ ਕਰਨਾ ਚਾਹੀਦਾ, ਖਾਸ ਕਰਕੇ ਜਿਹੜੇ ਚਾਈਨੀਜ਼ ਪਟਾਕੇ ਨੇ ਉਹਨਾਂ ਤੋਂ ਬਚਣਾ ਚਾਹੀਦਾ, ਬਹੁਤ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਨੇ। ਸੋ ਪੋਲਿਊਸ਼ਨ ਵੀ ਬਹੁਤ ਵੱਡੇ ਲੈਵਲ 'ਤੇ ਬਹੁਤ ਮਾਤਰਾ 'ਚ ਇਹਨਾਂ ਨਾਲ ਹੁੰਦਾ, ਇਹ ਥੋੜ੍ਹਾ ਜਿਹਾ ਸਾਨੂੰ ਇਹਨਾਂ ਤੋਂ ਗਰੇਜ਼ ਕਰਨਾ ਚਾਹੀਦਾ। ਸੋ ਤਿਉਹਾਰ ਮਨਾਉਣ ਦੇ ਜਿਸ ਤਰ੍ਹਾਂ ਅਸੀਂ ਘਰ ਘਰ ਦੀਪਮਾਲਾ ਕਰਦੇ ਹਾਂ, ਲਾਈਟਾਂ ਲਗਾਉਂਦੇ ਹਾਂ, ਹੋਰ ਖੁਸ਼ੀਆਂ ਮਨਾਉਂਦੇ ਹਾਂ, ਸੋ ਪਟਾਕਿਆਂ ਨੂੰ ਥੋੜ੍ਹਾ ਜਿਹਾ ਸਾਨੂੰ ਗਰੇਜ਼ ਕਰਨਾ ਚਾਹੀਦਾ। ਸੋ ਮੈਂ ਮੁਬਾਰਕਬਾਦ ਦਿੰਦਾ। ਗੁਰਬੰਦੀ ਛੋੜ ਹੈ ਸਤਿਗੁਰ